ਇਹ ਰੋਡ ਤੇ ਸਕੂਲ ਇਧਰੋਂ ਇਹ ਬੈਣ ਆ ਰਹੀ ਸੀ ਇਹਨੂੰ ਤਕਰੀਬਨ ਇਹ 35-40 ਕਰਮ ਲਾ ਲਓ 150-200 ਫੁੱਟ ਤੋਂ ਨਾ ਇਹ ਅੱਗ ਲੱਗੀ ਆ ਰਹੀ ਸੀ ਥੱਲੋਂ ਮੈਂ ਇਹਨੂੰ ਮੂਹਰਲੇ ਪਾਸੋਂ ਹੱਥ ਦਿੱਤਾ ਵੀ ਅੱਗ ਲੱਗ ਰਹੀ ਆ ਡਰਾਈਵਰ ਨੂੰ ਕੋਈ ਪਤਾ ਨਹੀਂ ਲੱਗਿਆ ਅਤੇ ਮਗਰੋਂ ਉਸ ਮੁੰਡੇ ਮਗਰੋਂ ਭੱਜੇ ਆਉਂਦੇ ਅਤੇ ਉਹ ਜਿਹੜੇ ਟਰਾਲੀ 'ਤੇ ਜਾ ਰਹੇ ਤੇ ਉਹ ਸਮਾਨ ਲੈ ਕੇ ਬੋਰ ਦਾ ਅਸੀਂ 3-4 ਕੁ ਜਣੇ ਤੇ ਅਸੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰੀ ਆ ਭਾਈ ਖੱਬੀ ਟਾਕੀ ਖੋਲ੍ਹ ਕੇ ਅਸੀਂ ਕੁਝ ਜਵਾਕ ਕੱਢੇ 7-8 ਜਿਹੜੀ ਉਹ ਦੂਜੀ ਟਾਕੀ ਹੱਥੋਂ ਨਹੀਂ ਖੁੱਲ੍ਹੀ ਉਹਦੇ ਵੀ ਇੱਕ ਜਵਾਕ ਕੱਢਿਆ ਸੀ ਸ਼ੀਸ਼ਾ ਤੋੜ ਕੇ ਅਤੇ ਅੱਗ ਸਾਨੂੰ 1.5 ਸਕਿੰਟ ਚੱਕ ਚੜ੍ਹਦੀ ਜਲਦੀ ਕੱਢੀ ਸੀ ਹਾਂ ਸਰ ਕੋਈ ਦਿੱਕਤ ਨਹੀਂ ਮਾੜੀ ਸੀ ਵਿੱਕੀ ਬਾਈ ਪੈਰ ਨਾ ਦੱਬੋ ਪੈਰ ਨਾ ਦੱਬੋ ਬਾਈ ਪੈਰ ਨਾ ਦੱਬੋ ਜਾਣ ਕੇ ਧਾਰੀ ਦੱਬਿਆ ਇਹਦੀ ਜਿਹੜੀ ਪ੍ਰੀਲਿਮਨਰੀ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਅਤੇ ਇੱਕ ਤਾਂ SSP ਸਾਹਿਬ ਨੂੰ ਅਸੀਂ ਕਿਹਾ ਵੀ 304 ਦਾ ਪਰਚਾ ਦਿੱਤਾ ਜਾਵੇ ਇਮੀਡੀਏਟਲੀ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਸਕੂਲ ਮੈਨੇਜਮੈਂਟ ਦੇ ਉੱਤੇ ਅਤੇ ਜਿਹੜੇ ਇੱਥੇ ਡਰਾਈਵਰ ਹੈ ਅਤੇ ਇਹਦੀ ਗੱਡੀ ਦੀ ਜਿਹੜੀ ਅਸੀਂ ਚੈੱਕ ਕਰਾਏ ਮੈਨੂੰ RT ਨੇ ਪ੍ਰੀਲਿਮਨਰੀ ਆਹ ਦੱਸਿਆ ਗਿਆ ਹੈ ਕਿ ਇਹ ਗੱਡੀ ਇਹ ਸਕੂਲ ਮੈਨੇਜਮੈਂਟ ਨੇ ਹੁਣੇ ਹੀ ਕੋਈ ਜਿਹੜੀ ਕੰਡਮ ਕੀਤੀ ਹੋਈ ਗੱਡੀ ਸੀਗੀ ਜਿਹੜੀ ਰੋਡ ਵਰਦੀ ਨਹੀਂ ਸੀਗੀ ਉਹ ਇਹਨਾਂ ਨੇ ਇਲੀਗਲ ਤਰੀਕੇ ਨਾਲ ਚਲਾਈ ਹੈ ਜਿਹੜੇ RTA ਦੱਸ ਰਹੇ ਹੈ ਅਤੇ ਜੇਕਰ ਇਹ ਘਟਨਾਕ੍ਰਮ ਸਾਹਮਣੇ ਆਉਂਦਾ ਸਾਡੇ ਤਾਂ ਉਸ ਬੇਸਿਸ 'ਤੇ ਉਹ ਧਾਰਾਵਾਂ ਸਾਰੇ ਉਹਦੇ ਉੱਤੇ ਐਡ ਕੀਤੀ ਜਾਊਗੀ ਅਤੇ ਜੇਕਰ ਕੋਈ RTA ਓਫਿਸ਼ੀਅਲ ਦੇ ਵਿੱਚ ਵੀ ਇਹਦੀ ਕੋਈ ਲੱਗੀ ਵੀ ਕਿਸੇ ਇਹਨਾਂ ਨੂੰ ਰੋਡ ਵਰਦੀਨੈਸ ਦੇਣ ਦੇ ਵਿੱਚ ਕਿਸੇ ਦਾ ਰੋਲ ਹੈ ਤਾਂ ਉਸ ਓਫਿਸ਼ੀਅਲ ਨੂੰ ਵੀ ਚਾਰਜਸ਼ੀਟ ਕੀਤਾ ਜਾਊਗਾ ਅਤੇ ਡਿਸਮਿਸ ਕਰਨ ਦੀ ਕਾਰਵਾਈ ਇਹਦੇ ਵਿੱਚ ਕੀਤੀ ਜਾਊਗੀ ਭਜਨਾ ਦਿਓ।